नमस्कार, सत श्री अकाल एंड आदाब टू ऑल ऑफ यू। मैं इस समय थोड़ी देर में लाइव जाने वाली हूँ। यहाँ लॉन्ग आइलैंड एंटन में प्रेस कॉन्फ्रेंस हो रही है अपकमिंग कंवर ग्रेवाल सूफी प्रिंस की प्रेस कॉन्फ्रेंस हो रही है, जो अप्रैल 16 को हॉफ्स्ट्रा यूनिवर्सिटी में परफॉर्म कर रहे हैं। तो आई सी यू वेरी सून, स्टे ट्यून्ड। ਸਭ ਤੋਂ ਪਹਿਲਾਂ ਜਿੰਨੇ ਕਦਮ ਚੱਲ ਕੇ ਆਏ ਹੋ ਇਹ ਸਭਾ ਦੇ ਵਿੱਚ, ਮੇਰੀਆਂ ਮਾਵਾਂ ਭੈਣਾਂ ਮੇਰੀਆਂ ਔਰ ਬਜ਼ੁਰਗ ਸਾਹਿਬਾਨ ਸਾਡੇ ਬਾਪੂ ਬੈਠੇ ਆ ਉੱਥੇ ਟਾਂਗ ਟਾਂਗੇ, ਔਰ ਮੇਰੇ ਭਰਾ ਸਾਰੇ, ਕੁਛ ਮੇਰੇ ਤੋਂ ਉਮਰਾਂ 'ਚ ਵੱਡੇ ਆ, ਕੁਛ ਮੇਰੇ ਹਾਰਦੇ ਆ ਅਤੇ ਕੁਛ ਛੋਟੇ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਦਰ ਸਤਿਕਾਰ ਜੀ ਆਇਆਂ ਨੂੰ, ਤੁਹਾਨੂੰ ਸਭ ਨੂੰ, ਅਤੇ ਇਹ ਸੋਹਣੇ ਸਮੇਂ ਦੀ ਮੁਬਾਰਕਬਾਦ ਤੁਹਾਨੂੰ। ਔਰ ਮੀਡੀਆ ਸਾਡਾ ਜੋ ਹਮੇਸ਼ਾ ਆਉਂਦਾ, ਇਹ ਤੀਜੀ ਫੇਰੀ ਹੈ ਅਤੇ ਹਰ ਵਾਰੀ ਸਾਡੇ ਭਰਾ ਆਏ ਸਾਡੇ ਸ਼ੋਅ ਨੂੰ ਪ੍ਰਮੋਟ ਕਰਨ ਲਈ, ਜਾਂ ਇਹਨੂੰ ਮੁਹੱਬਤ ਕਹਿ ਲਓ, ਪਿਆਰ ਕਹਿ ਲਓ, ਸਤਿਕਾਰ ਕਹਿ ਲਓ, ਸੋ ਸਾਂਝਾ ਕਰਨ ਆਉਂਦੇ ਸਾਡੇ ਨਾਲ। ਸੋ ਸਭ ਦਾ ਬਹੁਤ ਬਹੁਤ ਧੰਨਵਾਦ। ਬਾਕੀ ਪ੍ਰਦੀਪ ਵਾਲੀ ਗੱਲ, ਜਿਹੜੀ ਇੱਕ ਰੰਗ ਹੁੰਦਾ ਮੈਨੂੰ ਲੱਗਦਾ, ਹੁਣ ਸੂਬਾ ਪੰਜਾਬ ਹੈ, ਸਾਰੇ ਪੰਜਾਬੀ ਹੋ, ਤਾਂ ਉਸ ਵੇਲੇ ਕਲਚਰ ਸੀ ਪੰਜਾਬ ਦਾ, ਜਿਹੜੀ ਗੱਲ ਜਿਵੇਂ ਹੁਣ ਪਿੱਛੇ ਜੇ ਸਰਕਾਰ ਬਣੀ ਹੈ, ਤੜਕੇ ਉੱਠ ਕੇ ਬੀਬੀਆਂ ਜਦੋਂ ਝਾੜੂ ਲਾਉਂਦੀਆਂ ਸੀ, ਝਾੜੂ ਨੂੰ ਵੇਖ ਵੇਖ ਹੀ ਹੱਸੀ ਜਾਂਦੀਆਂ ਸੀ ਵੀ ਐਤਕੀ ਤੈਨੂੰ ਵੋਟ ਪਾਉਣੀ ਹੈ। ਰੰਗ ਸੀ ਨਾ ਇੱਕ ਸੂਬੇ ਦਾ, ਇੱਕ ਕਲਚਰ ਬਣਿਆ ਹੋਇਆ ਸੀ, ਤਾਂ ਉਹ ਸਰਕਾਰ ਬਣ ਗਈ। ਇਸੇ ਤਰ੍ਹਾਂ ਹੀ ਉਦੋਂ ਜਦੋਂ ਮੋਰਚੇ ਦਾ ਰੰਗ ਸੀ, ਤਾਂ ਚੁੱਲ੍ਹਿਆਂ 'ਤੇ, ਸੱਥਾਂ 'ਚ, ਮੋੜਾਂ 'ਤੇ, ਦਫ਼ਤਰਾਂ 'ਚ, ਹਰ ਪਾਸੇ ਗੱਲ ਹੀ ਇੱਕ ਸੀ ਕਿ ਯਾਰ ਇਹ ਬਿੱਲ ਬਹੁਤ ਮਾੜੇ ਆ, ਅਤੇ ਇੱਦਾਂ ਸੜਕਾਂ 'ਤੇ ਨਿਕਲੇ ਲੋਕ, ਧਰਨੇ ਲੱਗ ਗਏ, ਜਥੇਬੰਦੀਆਂ ਕਾਇਮ ਹੋ ਗਈਆਂ। ਜਦੋਂ ਉਹ ਸਾਰਾ ਰੰਗ ਚੜ ਗਿਆ ਤਾਂ ਸਰਕਾਰ ਨੇ ਰੰਗ 'ਚ ਹੀ ਰੰਗਣਾ ਹੁੰਦਾ। ਸੋ ਮੇਰੇ ਖਿਆਲ 'ਚ ਉਹਦੇ 'ਚ ਪਹਿਲ ਸਰੋਤਿਆਂ ਦੀ ਸੀ, ਪੰਜਾਬ ਦੇ ਲੋਕਾਂ ਦੀ ਸੀ ਕਿ ਇਸ ਤਰ੍ਹਾਂ ਦਾ ਕਲਚਰ ਬਣਾ ਕੇ ਦਿੱਤਾ ਕਿ ਸਾਡੇ ਕੋਲ ਹੋਰ ਆਪਸ਼ਨ ਵੀ ਹੈ ਸੀ। ਹਾਲਾਂਕਿ ਸਾਡੀ ਜ਼ਿੰਮੇਵਾਰੀ ਸੀ, ਸਾਡੀ ਰਿਸਪੋਂਸੀਬਿਲਿਟੀ ਸੀ ਕਿ ਜਿਸ ਸੂਬੇ ਦੇ ਵਿੱਚ ਅਸੀਂ ਰਹਿੰਦੇ ਹਾਂ, ਜੋ ਕਲਚਰ ਅਸੀਂ ਪੇਸ਼ ਕਰਦੇ ਹਾਂ ਰੋਜ਼ ਆਪਣੇ ਗੀਤਾਂ ਦੇ ਥਰੂ, ਤਾਂ ਉਹਨਾਂ ਲੋਕਾਂ 'ਤੇ ਭੀੜ ਪਈ ਸੀ ਜਿਨ੍ਹਾਂ ਦੇ ਵਿੱਚ ਅਸੀਂ ਆਪ ਵੀ ਹੁੰਦੇ ਸੀ। ਸੋ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਪਰ ਲੱਗਦਾ ਕਿ ਉਹ ਰੰਗ ਪਹਿਲਾਂ ਸਾਡੇ ਪਰਿਵਾਰਾਂ ਨੇ ਭਰ ਕੇ ਦਿੱਤਾ ਬਾਪੂ ਜੀ, ਔਰ ਉਸ ਰੰਗ ਤੋਂ ਬਾਹਰ ਨਿਕਲਣਾ, ਉਸ ਔਰੇ ਤੋਂ ਬਾਹਰ ਨਿਕਲ ਕੇ ਗੱਲ ਕਰਨੀ, ਮੈਨੂੰ ਨਹੀਂ ਲੱਗਦਾ ਕਿ ਫਨਕਾਰ ਦੀ ਐਡੀ ਕੋਈ ਹਿੰਮਤ ਹੈ। ਸੋ ਉਹ ਬੜਾ ਨੈਚੁਰਲ ਪ੍ਰੋਸੈਸ ਸੀ ਕਿ ਉਹ ਵਿਧੀ ਐਡੀ ਵੱਡੀ ਸੀ ਕਿ ਉਹਦੇ ਵਿੱਚ ਫਿਰ ਜਦੋਂ ਗੀਤ ਵੀ ਆਏ ਤਾਂ ਫਿਰ ਗੀਤਾਂ ਨੇ ਮੋਰਚੇ ਦੇ ਹਾਰ ਦੇ ਹੋ ਕੇ ਪਰਫੋਰਮੈਂਸ ਦਿੱਤੀ, ਅਤੇ ਮੋਰਚੇ 'ਚ ਜੋ ਵੀ ਵਾਪਰਿਆ, ਜਿਵੇਂ ਹਰ ਬੰਦਾ ਕਹਿੰਦਾ ਕਿ ਇਸ ਵਾਰੀ ਕਲਾਕਾਰਾਂ ਨੇ ਯਾਰ ਬਹੁਤ ਚੰਗਾ ਕੀਤਾ, ਇਸ ਵਾਰੀ ਫਿਲਮ ਇੰਡਸਟਰੀ ਦੇ ਜਿਹੜੇ ਅਦਾਕਾਰ ਸਾਡੇ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਸੋ ਦੇ ਆਲ ਰਿਸਪੋਂਸੀਬਲ, ਮੈਂ ਵੀ ਉਹਨਾਂ 'ਚੋਂ ਇੱਕ, ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਸੈਟਿਸਫੈਕਸ਼ਨ ਬੜੀ ਹੋਈ ਜਿਸ ਦਿਨ ਇਹ ਮੋਰਚਾ ਫਤਿਹ ਹੋਇਆ, ਬਿੱਲ ਰੱਦ ਹੋਏ, ਕਿ ਯਾਰ ਸਾਰੇ ਡਿਪਾਰਟਮੈਂਟ ਜਿੰਨੇ ਵੀ ਫੀਲਡ ਸੀ, ਭਾਵੇਂ ਉਹ ਗੁਰੂ ਘਰਾਂ ਦੇ ਸੇਵਾਦਾਰ ਸੀ, ਭਾਵੇਂ ਉਹ ਸੋਸ਼ਲ ਵਰਕਰ ਸੀ, ਭਾਵੇਂ ਉਹ ਪੋਲੀਟੀਸ਼ੀਅਨ ਸੀ, ਭਾਵੇਂ ਉਹ ਜਥੇਬੰਦੀਆਂ ਸੀ, ਭਾਵੇਂ ਕਿਸਾਨ ਸੀ, ਭਾਵੇਂ ਮਜ਼ਦੂਰ ਸੀ, ਭਾਵੇਂ ਕੋਈ ਇੰਪਲਾਈ ਸੀ, ਕੋਈ ਵੀ ਸੀ, ਤਾਂ ਸਾਰਿਆਂ ਨੂੰ ਇੱਕ ਤਸੱਲੀ ਬੜੀ ਹੋਈ। ਉਹਨਾਂ 'ਚੋਂ ਇੱਕ ਤੁਹਾਡਾ ਪੁੱਤ ਸੀ, ਤੁਹਾਡਾ ਭਰਾ ਸੀ, ਕਿ ਮੈਨੂੰ ਵੀ ਬੜਾ ਚੰਗਾ ਲੱਗਿਆ ਕਿ ਯਾਰ ਮਹਾਰਾਜ ਨੇ ਬਹੁਤ ਸੋਹਣੇ ਪਾਸੇ ਸੇਵਾ ਕਰਵਾਈ ਸਾਡੇ ਸਾਰਿਆਂ ਤੋਂ। ਅਤੇ ਬਾਕੀ ਤੁਹਾਡਾ ਧੰਨਵਾਦ ਤਾਂ ਨਹੀਂ ਮੈਂ ਕਰੂੰਗਾ, ਤੁਹਾਨੂੰ ਮੱਥਾ ਹੀ ਟੇਕ ਦੂੰਗਾ ਕਿ ਟਾਈਮ ਨਾਲ ਟਾਈਮ ਵੀ ਨਹੀਂ ਧੜ ਰਿਹਾ ਸੀ, ਉੱਧਰ ਦਿਨ ਚੜ੍ਹਦਾ ਸੀ, ਅਸੀਂ ਆਪਦੇ ਕੰਮਾਂ 'ਤੇ ਹੋ ਜਾਂਦੇ ਸੀ ਮੋਰਚੇ 'ਤੇ, ਇੱਧਰ ਰਾਤ ਹੋ ਜਾਂਦੀ ਸੀ, ਤਾਂ ਯਾਰ ਤੁਸੀਂ ਸਾਰੀ ਰਾਤ ਜਾਗਦੇ ਰਹੇ, ਜਾਣੀ ਅਸੀਂ ਮਹਿਸੂਸ ਕਰਦੇ ਸੀ ਉੱਥੇ ਜਿਸ ਤਰ੍ਹਾਂ ਦੀਆਂ ਫੋਨ ਕਾਲਸ ਆਉਂਦੀਆਂ ਸੀ, ਮਾਵਾਂ ਫੋਨ ਕਰ ਕਰਕੇ ਕਈ ਵਾਰੀ ਫੋਨਾਂ 'ਤੇ ਰੋ ਪੈਂਦੀਆਂ ਸੀ, ਕੋਈ ਭਰਾ ਫੋਨ ਕਰਦੇ ਸੀ, ਕੋਈ ਬਜ਼ੁਰਗ ਫੋਨ ਕਰਦੇ ਸੀ, ਤਾਂ ਪਤਾ ਲੱਗਦਾ ਸੀ ਕਿ ਸਾਰਾ ਅਮਰੀਕਾ ਜਾਗਦਾ ਪਿਆ, ਕੋਈ ਵੀ ਨਹੀਂ ਸੁੱਤਾ। ਔਰ ਜਾਗਣ ਦੇ ਨਾਲ ਨਾਲ ਇਕੱਲਾ ਜਾਗ ਗਏ ਤੁਸੀਂ ਉੱਥੇ, ਠੀਕ ਹੈ, ਅਸੀਂ ਇੱਕ ਬੜੀ ਮੋਟੀ ਅਤੇ ਠੋਸ ਲਾਈਨ ਬੋਲਦੇ ਸੀ ਕਿ ਬਾਬੇ ਨਾਨਕ ਦਾ ਅੰਦੋਲਨ ਹੈ, ਪਰ ਕਿੱਦਾਂ ਬਾਬੇ ਨਾਨਕ ਨੇ ਤੁਹਾਡੇ ਥਰੂ ਉੱਥੇ, ਕੋਈ ਚੀਜ਼ ਤਾਂ ਲੱਗਦੀ ਸੀ ਨਾ ਵੀ ਇਹ ਕੱਲ੍ਹ ਕੱਲ੍ਹ ਦੀ ਰਹਿ ਗਈ, ਤਾਂ ਤੜਕੇ ਦੇਖਦੇ ਹੁੰਦੇ ਸੀ ਕਿ ਟਰੱਕ ਆਇਆ ਖੜਾ ਹੁੰਦਾ ਸੀ, ਕੋਈ ਪਾਣੀ ਮਾੜਾ ਮੋਟਾ ਘੜਦਾ, ਕੋਈ ਸਿਆਲ, ਕਿਉਂਕਿ ਸਾਰੀਆਂ ਰੁੱਤਾਂ ਹੀ ਦੇਖੀਆਂ ਉੱਥੇ, ਉੱਥੇ ਸਰਦੀਆਂ ਵੀ ਹਟਾਈਆਂ, ਉੱਥੇ ਗਰਮੀਆਂ ਵੀ, ਜੇਠ ਆਉਂਦੀਆਂ ਧੁੱਪਾਂ ਵੀ ਹਟਾਈਆਂ, ਉੱਥੇ ਮੀਂਹ ਵੀ ਬਹੁਤ ਪਏ ਆ, ਉੱਥੇ ਝੱਖੜ ਬਹੁਤ ਆਏ ਆ, ਤੂਫਾਨ,
पर हर एक चीज़ जिते फाइनैंशली कोई जरूरत होंगी सी तो उ सब तो व्डा योगदान से जो थोड़ा से आने वाले समय से क्योंकि ऐतकी ठीक है मोर्चा फतेह हो गया पर हजे अपन जमीन ही अपने को बाकी कई सारा उत है सो मोराल बड़े उच्चे हुए लोगों के चढ़ती कला का जरा एक प्रतीक वो सारे भाईचारे आया है तो हिम्मत जी आई है अगलिया लड़ाइया ऐदा ही कट्ठे रल के लड़ा गवैया जिते आवाज़ मार की लड़ है उत्थे आवाज़ मारा तो सरकार बदली है एक बड़ी आस बजी है प्रदीप हूँ माई भगवंत होर तो कि चंगा कैबिनेट मिले सू हूँ एक जिस तरह का हूँ तक वो ग्राउंड पर आगे काम कर रहे अरदास करो तुम सारे भैन भरा मिल के कि भाई भगवंत होर और पूरी कैबिनेट में महाराज लंबी उम्र बख्शे तो हिम्मत बख्शे क्योंकि बड़ा कूड़ा है जोड़ा इकट्ठा करने वाला है तो हर फलसफे असं बहुत पिछे हैं तो इस वे बहुत लोड़ है तुहाडी पंजाब में बहुत एक वड्डी लोड़ है कि आने वाले समय चो थोड़े वालों भी गोष्ठियाँ थोड़े वालों सभावान होनी चाहिए तो जिते डिस्कस हो गए कि हम पंजाब लिए आप कर सकते हैं तुम करते आ रहे हो बहुत हरकत हो पंजाब के लिए पर एक हूँ जो हों कि नंगे चिट्टे हो के अनाउंसमेंट कर देनी किसी चीज़ की कि हम खड़े हैं यार पंजाब के लिए सो मैं तो चाहूँगा मैं जिते भी मीट एंड ग्रीट्स गया परिवार को मिल के मैं तो बड़े सीधे जे तरीके सारे कह के आया कि भाई तुम हूँ जाके अपना भाई भगवंत होरां भी मिलना चाहिए जो इतने इनवाइट करना चाहिए कि की पंजाब की बेहतरी लिए कर सकते हो क्योंकि तुम कर सकते हो तुम कर सकते हो इस पास जो आके तुम कि एक सोहना पेपर वर्क करके तो पंजाब आप सारे आपके परिवार के नाल खड़जिए तो मैं लगता कि आने वाले 10-15 साल गल होर दर जाएगी तो माण कराया करा आप इतिहास से माण कराया करा समय के हानि होने माण कराया करा तो बाबे नानक के धियां पुत होने माण कराया करा कि यार असी आपके लोगों के नाल खड़े तो बिना किसी भेदभाव के खड़े तो आही अरदासा करो सारे लिए बस आई गल क्योंकि किसानी अंदोलन के जो तुम उत्थे सेवा करते ना तो कई बंद मन के भुलेखा आ गया से कि कमर भी इन कैश करने की कोशिश नहीं करूंगा और किसानी अंदोलन के मैं लगता है कुछ एक बंदे है जिन्होंने किसानी अंदोलन को कैश नहीं किया एक तो बलदीप सिद्धू वो है नहीं इस दुनिया के एक उगराहा जथेबंदी उन्होंने कैश नहीं किया और तीजा वड्डा नाम से कमर करेवाल जो झाड़ू फेरता हूँ असं ऐ लगता कि झाड़ू वोटा करके तो नहीं कि MLA की टिकट तो नहीं भालता कंवर ग्रेवाल है ना और मैं पता हरेक पार्टी ने तुहाडे बूहे खड़काए भी साढ़े कोले आ जाओ साढ़े कोले आ जाओ जिथों तुहानू कहिंदे उथों तुसीं जित सकदे सी है ना ये सारिया पोलीटिकल पार्टियां तो बच के कंवर ग्रेवाल किवें रहा अज किन्ने गर्म जे सवाल पुछे दा प्रदीप सच्ची देखो इको ही गल च निबड़ती है गल के महाराज के बूटे लाए गए आप जिन्होंने जिधर लाने वाले ला दिता है सो मैं शुक्र गुजार हाँ महाराज का कि उन्हें वो थॉट मेरे अंदर आने नहीं दिता कि मैं कोई पॉलिटिक्स की भुख हो कुछ होर कुछ इस तो कुछ होर वड्डा बन की भुख हो बाकी रही गल बहुत सारे सज्जन मेरे इन्ना जरूर कहते होंगे कि जे पंजाब का भला करना तो तुम्हें पॉलिटिक्स आना ही पैना तुहाडे कोल पावर फिर आऊगी तुसीं फिर कुछ कर सकते हो पर इस मोर्चे ने जवाब दिता है अपने आप जवाब दिता है हर एक बंदे ने इंसान ने मैनूं गल आखी कि यार तुसीं जिहड़े कलाकार ने गीत गाए असीं होर तुहाडा सारा कुछ पासे कर दिए बापू जी 125 गीत मेरे ख्याल च कलाकार ने इस मोर्चे च गाया जी 125 गीत और बहुत सारे कलाकार मेरे भरा भैन भरा सारे कि ना लगा सारे नहीं गाए तो हर बंदा कहता सी तुसी गीत गाए नौजवान पिंडों चो निकले सड़कां ते आए जागरूकता आई तो मोर्चा इतों इतने चला गया सो उत्थे मैं महसूस किया कि किस चीज़ की पावर से यह पावर इस कला की पावर से सो मैं लगता कि यह जवाब से इस गल का कि जे मैं महाराज ने संगीत ना नवाजे इस जन्म के तो मैं अपने संगीत पर माण करना चाहिए मैं आपके सार्थक शब्दों पर माण करना चाहिए और इस होर खोज करनी चाहिए है विरसे की सेवा करनी चाहिए है तो जो भी इतों कोई कमाई होंगी है वो मैं आपके पंजाब से लाव आपके परिवार से लाव सो इस करके बड़ी ठोस जी दलील थी उस समय की
ਕਿ ਪੋਲੀਟਿਕਸ ਹਾਂ ਠੀਕ ਹੈ ਜਿਹਨਾਂ ਨੂੰ ਮਹਾਰਾਜ ਨੇ ਰਾਜਨੀਤੀ ਬਖਸ਼ੀ ਹੈ ਤਾਂ ਉਹ ਵੀ ਇੱਕ ਬਹੁਤ ਨੇਕ ਕਹਿੰਦੇ ਹੁੰਦੇ ਸੀ ਕਿ ਰਾਜਨੀਤੀ ਧਰਮ ਦੀ ਕਸਵੱਟੀ 'ਤੇ ਖਰੀ ਉਤਰਨੀ ਚਾਹੀਦੀ ਹੈ। ਜਦੋਂ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਹੁੰਦੇ ਸੀ ਜਾਂ ਆਉਣ ਵਾਲੇ ਸਮੇਂ 'ਚ ਫਿਰ ਹੋਣਗੇ ਤਾਂ ਕਹਿੰਦੇ ਹੁੰਦੇ ਸੀ ਕਿ ਰਾਜਨੀਤੀ, ਪਰ ਉਹ ਠੀਕ ਹੈ ਪਿਛਲੇ ਕੁਛ ਸਮੇਂ ਤੋਂ ਰਾਜਨੀਤੀ 'ਚ ਧਰਮ ਤਾਂ ਨਹੀਂ ਦਿਖ ਰਿਹਾ ਕਿਤੇ, ਧਰਮ 'ਚ ਰਾਜਨੀਤੀ ਜ਼ਰੂਰ ਦਿਖ ਰਹੀ ਹੈ। ਉਹ ਉਸ ਚੀਜ਼ ਤੋਂ ਆਪਾਂ ਸਾਰੇ ਕਿਤੇ ਨਾ ਕਿਤੇ ਪਿੱਛੇ ਪਏ, ਪਰ ਮੈਨੂੰ ਲੱਗਦਾ ਕਿ ਕਲਾ ਦਾ ਇੱਕ ਆਪਣਾ ਮਿਆਰ ਹੈ ਔਰ ਤੁਸੀਂ ਸਾਰੇ ਕਲਾਕਾਰ ਹੋ, ਹਰ ਬੰਦਾ ਕਲਾਕਾਰ ਹੈ। ਤੁਹਾਡੇ 'ਚ ਕੋਈ ਟਰੱਕ ਚਲਾਉਣ ਵਾਲਾ ਵੀ ਬੈਠਾ ਹੋਊਗਾ ਤਾਂ ਉਹ ਟਰੱਕ ਦਾ ਕਲਾਕਾਰ ਹੈ। ਤੁਹਾਡੇ 'ਚ ਕੋਈ ਹੋਰ ਕੋਈ ਕੰਮ ਕਰਨ ਵਾਲੇ ਬੈਠੇ ਹੋਣਗੇ, ਕੋਈ ਬਿਜ਼ਨਸ ਕਰਨ ਵਾਲੇ ਭਰਾ ਬੈਠੇ ਹੋਣਗੇ, ਤਾਂ ਹਰ ਇੱਕ ਮੀਡੀਆ ਸਾਡਾ ਸਵਾਲ ਪੁੱਛਣਾ ਇੱਕ ਕਲਾ ਹੈ। ਪ੍ਰਦੀਪ ਹੋਣੀ ਸਵਾਲ ਪੁੱਛਦੇ ਤਾਂ ਇਹ ਵੀ ਕਲਾਕਾਰ ਨੇ। ਸੋ ਮੈਨੂੰ ਲੱਗਦਾ ਕਿ ਆਪਣੀ ਕਲਾ ਦੇ ਵਿੱਚ ਜਿਹੜੇ ਪੜਾਅ ਨੇ ਗਿਆਨ ਦਾ, ਵਿਗਿਆਨ ਦਾ, ਬ੍ਰਹਮ ਗਿਆਨ ਦਾ, ਸੋ ਇਸ ਜਰਨੀ ਦੇ ਵਿੱਚ ਮੇਰੇ ਖਿਆਲ ਤੁਹਾਨੂੰ ਅੱਗੇ ਵਧਣਾ ਚਾਹੀਦਾ। ਸੋ ਮੈਨੂੰ ਵੀ ਲੱਗਦਾ ਸੀ ਕਿ ਇਸ ਪਾਸੇ ਜਾਣ ਦੀ ਕੋਈ ਲੋੜ ਨਹੀਂ, ਮੈਂ ਆਪਣੇ ਗੀਤਾਂ ਨੂੰ ਹੋਰ ਸੋਹਣੇ ਕਰਾਂ ਜੀ। ਹੈਰੀ ਬੋਲਾ ਜੀ ਨੂੰ ਕਿ ਪਲੀਜ਼ 2 ਮਿੰਟ ਦੇ ਲਈ ਆ ਕੇ ਤੁਸੀਂ ਆਪੋ 2 ਮਿੰਟ ਛੱਡੋ, ਜਿੰਨਾ ਮਰਜ਼ੀ ਤੁਸੀਂ ਟਾਈਮ ਲੈ ਸਕਦੇ ਹੋ, ਤੁਹਾਡਾ ਟਾਈਮ ਹੈ, ਕਿਉਂਕਿ ਤੁਹਾਡੇ ਕਾਰਨ ਹੀ ਇਹ ਜਿਹੜਾ ਸ਼ੋਅ ਆ ਜਿਹੜਾ ਨੇਪਰੇ ਚੜਿਆ। ਉਹਨਾਂ ਦੇ ਨਾਲ ਹੀ ਭਾਈ ਰਤਨ ਜੀ, ਰਤਨ ਪੈਟਰੋਲੀਅਮ ਤੋਂ, ਔਰ ਹੈਰੀ ਭਾਈ ਜੀ, ਬੋਲਾ ਪੈਟਰੋਲੀਅਮ ਤੋਂ, ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਹੈਰੀ ਸਿੰਘ ਹੋਣਾ ਦੇ ਨਾਂ 'ਤੇ, ਕਿਉਂਕਿ ਮੈਂ ਕਹਿੰਦਾ ਹੁੰਦਾ ਉਹ ਫੰਕਸ਼ਨ ਆਪਣੇ ਆਪ ਹੀ ਕਾਮਯਾਬ ਹੋ ਗਏ ਜਿੱਥੇ ਹੈਰੀ ਭਾਅ ਜੀ ਪਹੁੰਚ ਜਾਂਦੇ ਆ। ਥੋੜ੍ਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀਆਂ, ਤੁਸੀਂ ਕਾਫੀ ਕਮੀ 'ਚ ਦਿੱਤੀ ਆ ਰਹੀ, ਜੋ ਵੀ ਇੱਥੇ ਆਪਣੇ ਪੰਜਾਬੀ ਭਰਾ ਬੈਠੇ ਆ, ਜਿੰਨੀ ਵੀ ਬਾਕੀ ਲੋਕਾਂ ਨੇ ਕਮਿਊਨਿਟੀ ਦੇ ਵਿੱਚ ਇਹ ਕਿਸਾਨ ਮੋਰਚੇ ਦੀ ਹੈਲਪ ਕੀਤੀ ਆ ਕਿ ਇਹਦੀ ਵੈਲ ਡਿਜ਼ਰਵ ਰੈਕਗਨੀਸ਼ਨ ਡਿਜ਼ਰਵ ਕਰਦੇ ਆ, ਕਿਉਂਕਿ ਜਦੋਂ ਇਹ ਟਾਈਮ ਇੱਦਾਂ ਦਾ ਆਇਆ ਸੀ ਕਿ ਸਾਡੇ ਵੀ ਜਿਹਨਾਂ ਪਿੰਡਾਂ 'ਚੋਂ ਅਸੀਂ ਆਏ ਹਾਂ ਉਹਨਾਂ ਪਿੰਡਾਂ 'ਚ ਵੀ ਟਰਾਲੀਆਂ ਭਰ ਕੇ ਲੋਕਾਂ ਨੂੰ ਕਿਸੇ ਨੂੰ ਅਨਾਜ ਦੀ ਜ਼ਰੂਰਤ ਸੀ, ਕਿਸੇ ਨੂੰ ਪੈਸੇ ਦੀ ਜ਼ਰੂਰਤ ਸੀ। ਸਾਡੇ ਕੁਛ ਭਰਾ ਜਿਹੜੇ ਇੱਥੇ ਸਿੱਖ ਚੈਂਬਰ ਆਫ ਕਾਮਰਸ ਯੂਨੀਵਰਸਿਟੀ ਵਾਲੇ ਆ, ਉਹਨਾਂ ਨੇ ਮੈਨੂੰ ਰੀਚ ਆਊਟ ਕੀਤਾ ਕਿ ਵੀਰ ਜੀ ਤੁਹਾਡੀ ਪੋਲੀਟੀਕਲ ਕਾਫੀ ਪਾਵਰ ਆ ਇਸ ਕੰਟਰੀ ਦੇ ਵਿੱਚ, ਅਤੇ ਤੁਸੀਂ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਕਿਸਾਨ ਮੋਰਚੇ ਨੂੰ ਰੈਕਗਨੀਸ਼ਨ ਦਿਵਾਉਣੀ ਆ ਤਾਂ ਤੁਸੀਂ ਇਨਵੋਲਵ ਹੋ। ਅਸੀਂ ਰੀਚ ਆਊਟ ਕੀਤਾ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਆਫਿਸ, ਅਸੀਂ ਸਕਸੈਸਫੁਲ ਰਹੇ ਕਿ ਕੁਛ ਇੱਦਾਂ ਦੇ ਮੈਮੋਸ ਲੈਟਰਸ ਜਿਹੜੇ ਇਸ਼ੂ ਕੀਤੇ ਗਏ ਸਾਡੇ ਮਜੋਰਟੀ ਲੀਡਰ ਚੱਕ ਸ਼ੂਮਰ ਦੈਟ ਹੂ ਰੋਲ ਇਟ ਰੇਡ ਲੈਟਰ ਐਂਡ ਸਮ ਆਫ ਦਾ ਲੀਡਰਸ ਇਨ ਰਿਪਬਲਿਕਨ ਪਾਰਟੀ ਦੈਟ ਆਲਸੋ ਰੋਲ ਲੈਟਰਸ, ਕਿਉਂਕਿ ਸਭ ਤੋਂ ਵੱਡੀ ਚੈਲੰਜ ਇਹ ਸੀ ਕਿ ਇਹਨੂੰ ਇੰਟਰਨੈਸ਼ਨਲ ਮਤਾ ਕਿਸ ਤਰੀਕੇ ਨਾਲ ਬਣਾਇਆ ਜਾਵੇ, ਇਹ ਦੁਨੀਆ ਦੇ ਵਿੱਚ ਇਹਨੂੰ ਪਤਾ ਕਿੱਦਾਂ ਲੱਗੇ ਕਿ ਐਕਚੁਅਲੀ ਕਿਸਾਨ ਮੋਰਚਾ ਕਿਸ ਕੰਮ ਦੇ ਲਈ ਹੈ। ਜਿੱਦਾਂ ਜਿੱਦਾਂ ਇਹਦਾ ਸਾਈਜ਼ ਵਧਿਆ, ਕੁਆਲਿਟੀਜ਼ ਵਧੀਆ, ਡਾਕਟਰਸ ਐਂਡ ਪੀਪਲ ਫਰੋਮ ਆਲ ਨੇਚਰ, ਫਰੋਮ ਪ੍ਰੋਫੈਸਰਸ ਐਂਡ ਇੰਜੀਨੀਅਰਸ, ਪਿੰਡਾਂ ਦੇ ਲੋਕ, ਜ਼ਿਮੀਂਦਾਰ, ਲੇਬਰ ਤਬਕਾ, ਜਿੰਨੇ ਵੀ ਸੀ ਸਾਰੇ ਲੋਕਾਂ ਨੇ ਬੜਾ ਹਿੱਸਾ ਪਾਇਆ। ਪਰ ਮੈਂ ਆਪਣੇ ਵੀਰ ਛੋਟੇ ਵੀਰ ਕਾਨਵਰ ਨੂੰ ਇੱਕ ਆਪਣੇ ਕਲਚਰ ਦਾ ਬ੍ਰੈਂਡ ਅੰਬੈਸਡਰ ਸਮਝਦਾ, ਕਿਉਂਕਿ ਜੋ ਇਹਨਾਂ ਨੇ ਅੱਜ ਗਾਇਆ, ਜੋ ਇਹਨਾਂ ਦਾ ਵਿਚਾਰ ਆ, ਜੋ ਇਹਨਾਂ ਦੀ ਬੋਲੀ ਆ, ਉਹਦੇ ਤੋਂ ਬਹੁਤ ਗੱਲਾਂ ਸਿੱਖਣ ਵਾਲੀਆਂ। ਹੋ ਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਅਰਸੇ ਕੋਈ ਨੂਰੀ ਲਾਹੀ ਦਿੱਲੀ ਦੇ ਬਾਦਰ ਤੇ, ਬਾਦਰ ਤੇ, ਬਾਦਰ ਤੇ, ਉਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਅਰਸੇ ਕੋਈ ਨੂਰੀ ਲਾਹੀ ਦਿੱਲੀ ਦੇ ਬਾਦਰ ਤੇ, ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਦੇ ਬਾਦਸ਼ਾਹ, ਸਾਡੇ ਲਈ ਕਿਤੇ ਬਣ ਗਈਆਂ ਸੜਕਾਂ ਦੇ ਬਾਦਸ਼ਾਹ, ਸਾਡੇ ਲਈ ਕਿਤੇ ਬਣ ਗਈਆਂ ਸੜਕਾਂ ਦੇ ਬਾਦਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਨੂੰ ਦਿੱਤੀ ਟੱਕਰ, ਉਹ ਬਾਬਾ ਤੂੰ ਗਲੀਆਂ ਚੋਂ ਬੰਦ ਕਰਾਂਗੇ ਹੁਣ
ਮੁਸ਼ਕਿਲ ਦੀਆਂ ਘੜੀਆਂ ਚੋਂ ਅੱਖਾਂ ਵਿੱਚ ਸੁਰਮੇ ਦੀ ਥਾਂ ਰੰਗਾਂ ਦੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਦੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ।